ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਹੜ੍ਹ ਪੀੜਤਾਂ ਲਈ ਲੰਗਰ ਅਤੇ ਮੈਡੀਕਲ ਡਾਕਟਰਾਂ ਦੀ ਟੀਮ ਲੈ ਕੇ ਰਵਾਨਾ ਭਾਈ ਹਰਜਿੰਦਰ ਸਿੰਘ ਵਿਖੇ। ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਦੇ ਮੁਖੀ ਭਾਈ ਹਰਜਿੰਦਰ ਸਿੰਘ ਭਿੱਖੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਸਾਇਟੀ ਵੱਲੋਂ ਪੰਜਾਬ ਵਿੱਚ ਆਏ ਹੜ੍ਹਾਂ ਤੋਂ ਹੋਏ ਨੁਕਸਾਨ ਕਾਰਨ ਘਰਾਂ ਦੀਆਂ ਛੱਤਾਂ 'ਤੇ ਬੈਠੇ ਭੁੱਖੇ 'ਤੇ ਆਏ ਲੋਕਾਂ ਲਈ 2 ਗੱਡੀਆਂ ਰਸਤਾ ਮੈਡੀਕਲ ਕੈਂਪ ਲਾਉਣ ਲਈ ਅਤੇ ਹੜ੍ਹਾਂ ਦੀ ਮਾਰ ਹੇਠ ਆਏ ਪਸ਼ੂਆਂ ਲਈ ਦਵਾਈਆਂ ਡਾਕਟਰਾਂ ਦੀ ਟੀਮ ਲੈ ਕੇ ਸੰਗਤਾਂ ਰਵਾਨਾ ਹੋਈਆਂ। ਇਸ ਸਮੇਂ ਉਹਨਾਂ ਨੇ ਆਪਣੇ ਭੈਣ ਜੀ ਮਲੇਸ਼ੀਆ ਵਾਲੇ ਭਾਈ ਕੁਲਵਿੰਦਰ ਸਿੰਘ ਸਿੰਘਾਪੁਰ, ਭਾਈ ਸੁਖਚੈਨ ਸਿੰਘ ਅਤਲਾ, ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਲ੍ਹਾ ਮਾਨਸਾ, ਮਜ਼ਾਇਲ ਖਾਲਸਾ ਗਰੁੱਪ, ਇੰਟਰਨੈਸ਼ਨਲ ਪੰਥਕ ਦਲ ਯੂਕੇ, ਭਾਈ ਰਘਵੀਰ ਸਿੰਘ ਯੂਕੇ, ਆਵਾਜ਼ੇ ਕੌਮ ਟੀਵੀ ਸਿੰਘ ਸਾਹਿਬ, ਭਾਈ ਜਸਵੀਰ ਸਿੰਘ ਰੋਡੇ ਅਤੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਮੌਕੇ ਸੰਸਥਾ ਦੇ ਇਸ ਕਾਰਜ ਵਿੱਚ ਸਾਥ ਦਿੱਤਾ। ਇਸ ਸਮੇਂ ਉਹਨਾਂ ਦੇ ਨਾਲ ਡਾਕਟਰ ਮੱਖਣ ਸਿੰਘ ਅਤਲਾ ਕਲਾ, ਡਾਕਟਰ ਸਿਮਰਜੀਤ ਸਿੰਘ ਸਮਾਓ, ਡਾਕਟਰ ਅਜੇਵੀਰ ਸਿੰਘ ਸਮਾਓ, ਡਾਕਟਰ ਗੁਰਦੀਪ ਸਿੰਘ ਭਿੱਖੀ, ਡਾਕਟਰ ਰਿਸ਼ਪਾਲ ਸਿੰਘ ਗੋਲਡੀ, ਕਿੱਲੂ ਸਿੰਘ ਐਮ ਸੀ ਭਿੱਖੀ, ਐਡਵੋਕੇਟ ਅੰਗਰੇਜ਼ ਸਿੰਘ ਉਪ ਪ੍ਰਧਾਨ ਬਾਰ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ, ਗੁਰਦੀਪ ਸਿੰਘ ਖਜਾਨਚੀ, ਗੁਰਵਿੰਦਰ ਸਿੰਘ ਮੁੱਖ ਮੈਂਬਰ, ਜੀਵਨ ਸਿੰਘ ਭਿੱਖੀ, ਸਮੂਹ ਨੌਜਵਾਨ ਪਿੰਡ ਮੁੱਲਾ ਸਿੰਘ ਵਾਲਾ ਅਤੇ ਸੰਸਥਾ ਦੀ ਆਲ ਟੀਮ ਆਦਿ ਹਾਜ਼ਰ ਸਨ। ਬਿਊਰੋ ਰਿਪੋਰਟ, ਵਾਜੇ ਕੌਮ ਟੀਵੀ।